ਸਤਿ ਸ਼੍ਰੀ ਅਕਾਲ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ 9 ਸਾਲ ਦੇ ਮੁੰਡੇ ਨੇ ਕੀਤਾ ਨਸ਼ਾ ਭੁੱਲਿਆ ਆਪਣੀ ਹੀ ਮਾਂ ਨੂੰ ਕਹਿੰਦਾ ਤੂੰ ਕੌਣ ਹੈ ਮੈਨੂੰ ਨਹੀਂ ਪਤਾ ਬੁਲਾਣਾ ਜਿਸ ਕੋ ਖੋਲਿਆ ਜਨਮ ਘਰ ਦੇ ਕਰ ਰਏ ਸੀ ਮਜ਼ਾਕ ਸੋ ਪੰਜਾਬੀਓ ਇਹ ਮਜ਼ਾਕ ਨੇ ਸੁੱਧ ਮੋਦ ਤੇ ਆਪੇ ਤੋਂ ਬਾਹਰ ਬੱਚੇ ਨੇ ਸੋ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੀ ਤਸਵੀਰਾਂ ਤੁਹਾਡੇ ਫੋਨ ਦੀ ਡਿਸਪਲੇ ਤੇ ਦਿਖਾਈ ਦੇ ਰਹੀਆਂ ਨੇ ਜੀ ਵੀਡੀਓ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਇਹ ਹਾਕਾ ਮਜ਼ਾ ਹਾਸਾ ਮਜ਼ਾਕ ਲੱਗੇਗਾ ਪਰ ਜੇਕਰ ਨੌਜਵਾਨ ਅੱਜ ਨੌਜਵਾਨ ਬੱਚੇ ਦੀ ਇਸ ਤੋਂ ਸ਼ੁਰੂਆਤ ਹੋ ਗਈ ਆ ਤਾਂ ਨਛੇ ਬਚਮ ਦੇ ਬੱਚੇ ਨਸ਼ੇ ਕਰਨ ਲੱਗ ਜਾਣ ਤਾਂ ਇਸ ਬਾਰੇ ਮਾਪਿਆਂ ਨੂੰ ਵੀ ਪਤਾ ਹੋਵੇਗਾ ਛੋਟਾ ਜਾਂ ਮਾਸੂਮ ਜਿਸ ਦੀ ਉਮਰ ਮਹਿਜ 12 ਸਾਲ ਦੀ ਹੋਵੇਗੀ ਉਸ ਨੇ ਭੰਗ ਪੀ ਲਈ ਆ ਤੇ ਉਸ ਤੋਂ ਬਾਅਦ ਉਸ ਤੋਂ ਕਈ ਤਰ੍ਹਾਂ ਦੀਆਂ ਜਹੀਆਂ ਗੱਲਾਂ ਸ਼ੁਰੂ ਕਰਨੀਆਂ ਕਰ ਦਿੱਤੀਆਂ ਜਾਂਦੀਆਂ ਨੇ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋਵੋਗੇ ਪਰ ਮਾਪਿਆਂ ਦੇ ਵੱਲੋਂ ਮਾਂ ਦੇ ਵੱਲੋਂ ਕਿਸੇ ਤਰ੍ਹਾਂ ਦੇ ਰਾਤ ਦੇ ਵਿੱਚ ਬੱਚੇ ਨੂੰ ਕੁਝ ਨਹੀਂ ਬੋਲਿਆ ਗਿਆ ਸਾਰਾ ਪਰਿਵਾਰ ਹੱਸਦਾ ਨਜ਼ਰ ਆ ਰਿਹਾ ਹੈ ਉਹ ਬੱਚਾ ਕਦੇ ਹੱਸਣਾ ਸ਼ੁਰੂ ਕਰ ਦਿੰਦਾ ਕਦੇ ਰੋਣਾ ਕਦੇ ਝਗੜਾ ਕਿ ਮੈਨੂੰ ਬਚਾ ਲਵੋ ਪਰ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਦੇਖ ਕੇ ਹਾਸਾ ਹੱਸ ਕੇ ਦੂਰੇ ਹੋ ਰਹੇ ਨੇ ਕਿਉਂਕਿ ਉਸ ਦੇ ਵੱਲੋਂ ਭੰਗ ਪੀਤੀ ਗਈ ਜਿਸ ਤੋਂ ਉਸ ਨੂੰ ਨਸ਼ਾ ਹੋ ਚੁੱਕਾ ਹੈ ਉਸ ਤੋਂ ਬਾਅਦ ਉਹ ਕਦੇ ਖੁਸ਼ੀ ਦੇ ਵਿੱਚ ਗਾਉਂਦਾ ਏ ਪਰ ਬੱਚੇ ਨੂੰ ਉਜਾਗਰ ਕੀਤਾ ਤਾਂ ਮਾਪੇ ਨੂੰ ਚਾਹੀਦਾ ਕਿ ਉਸ ਦੀ ਸੱਤਰ ਪ੍ਰੇਡ ਕੀਤੀ ਜਾਣੀ ਚਾਹੀਦੀ ਆ ਪਰ ਮਾਪੇ ਦੇ ਵੱਲੋਂ ਕਿਸੇ ਤਰ੍ਹਾਂ ਨਾਲ ਕੋਈ ਵੀ ਐਕਸ਼ਨ ਨਹੀਂ ਦਿੱਤਾ ਗਿਆ ਜਿਸ ਦਾ ਨਤੀਜਾ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਜਦੋਂ ਕੋਈ ਵੱਡਾ ਹੋ ਕੇ ਇਹ ਵੱਡੇ ਨਸ਼ੇ ਦੇ ਵਿੱਚ ਪੈ ਜਾਵੇਗਾ ਫਿਰ ਉਹਨਾਂ ਨੂੰ ਪਤਾ ਲੱਗੇਗਾ ਕਿ ਆਖਰ ਉਹ ਕਿਸ ਭਾਵਿਕ ਦੀ ਐ ਸੋ ਇਹੋ ਜਿਹੇ ਬੱਚਿਆਂ ਦਾ ਪੂਰਾ ਧਿਆਨ ਰੱਖਿਆ ਕਰੋ ਜੇਕਰ ਗੱਲ ਵੱਡੇ ਕੱਲ ਨੂੰ ਵੱਡੇ ਨਸ਼ੇ ਵਿੱਚ ਪੈ ਗਿਆ ਫਿਰ ਉਥੋ ਉਸ ਨੂੰ ਮੋੜਨਾ ਬੜਾ ਮੁਸ਼ਕਲ ਹੋ ਜਾਵੇਗਾ ਜੇਕਰ ਉਸ ਦੀ ਉਮਰ ਕੁਝ ਵੀ ਨਹੀਂ ਬਾਕੀ ਦੀ ਜਾਣਕਾਰੀ ਤੁਸੀਂ ਚੈਨਲ ਤੇ ਪਾਈ ਵੱਡੀ ਵੀਡੀਓ ਨੂੰ ਚੈੱਕ ਕਰ ਸਕਦੇ ਹੋ ਧੰਨਵਾਦ